ਸਤਿ ਸ਼੍ਰੀ ਅਕਾਲ ਮੈਂ ਆਂ ਸਿੰਦਰ ਸੱਤੀ ਐਂਡ ਵੈਲਕਮ ਟੂ ਮਾਈ ਸੋਲ ਬਲogs ਅਕਸਰ ਨਾ ਲੋਕ ਜੀਵਨ ਦੇ ਵਿੱਚ ਜਿਹੜਾ ਕੋਈ ਸਮਝਦਾਰ ਬੰਦਾ ਹੈ ਔਰ ਅਗਰ ਜਦੋਂ ਤੁਸੀਂ ਜ਼ਿੰਦਗੀ 'ਚ ਕੰਮ ਕਰਦੇ ਹੋ ਤੁਸੀਂ ਫੇਲ ਹੁੰਦੇ ਹੋ ਤੁਸੀਂ ਤੁਰਦੇ ਹੋ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਲੋਕ ਜਿਹੜੇ ਤੁਹਾਨੂੰ ਨਹੀਂ ਸਮਝਦੇ ਜਾਂ ਉਸ ਸਮੇਂ ਤੁਹਾਡੀ ਸ਼ਮਤਾ ਦੇ ਵਿੱਚ ਤੁਹਾਡੇ ਪੋਟੈਂਸ਼ੀਅਲ ਜੀ ਯਕੀਨੀ ਲੱਗਦੇ ਉਹ ਹੱਸਣਗੇ ਤਾੜੀਆਂ ਮਾਰ-ਮਾਰ ਕੇ ਹੱਸਣਗੇ। ਅਕਲ ਹੀ ਨਹੀਂ ਸੀ ਹੈਗੀ ਅਸੀਂ ਤਾਂ ਬੜੀਆਂ ਸਲਾਮਾਂ ਦਿੱਤੀਆਂ ਸੀ ਇਹਨੇ ਮੰਨੀ ਨਹੀਂ। ਬੇਇਜ਼ਤੀ ਕਰਨਗੇ। ਹੋ ਸਕਦਾ ਤੁਹਾਡੀ ਬਦਨਾਮੀ ਵੀ ਕਰਨ ਜਦੋਂ ਲੋਕ ਤੁਸੀਂ ਕਾਮਯਾਬ ਹੋ ਰਹੇ ਹੁੰਦੇ ਹੋ ਤੇ ਉਹਨਾਂ ਕੋਲ ਕੁਝ ਨਹੀਂ ਸਰਦਾ ਤੇ ਤੁਸੀਂ ਦੇਖੋਗੇ ਲੋਕ ਬਦਨਾਮੀ ਸ਼ੁਰੂ ਕਰ ਦਿੰਦੇ ਨੇ। ਹੋਰ ਕੁਝ ਨਹੀਂ ਉਹਨਾਂ ਦੇ ਵਾਸਤੇ ਹੁੰਦਾ। ਐਸੀ ਕਰਕੇ ਕਾਮਯਾਬ ਲੋਕਾਂ ਦੇ ਹੇਟਰਸ ਬਹੁਤ ਹੁੰਦੇ ਨੇ। ਤੁਸੀਂ ਦੇਖਿਆ ਕਿੰਨੇ ਹੇਟਰਸ ਹੁੰਦੇ ਨੇ ਲੋਕਾਂ ਦੇ ਕਿਹਾ ਤੋ ਨੰਬਰ ਦਾ ਪੈਸਾ ਹੈ। ਪੈਸਾ ਦੱਕਾ ਕਮਾਇਆ ਜਾਂਦਾ ਦੋ ਨੰਬਰ ਦਾ ਪੈਸਾ ਕਿਉਂਕਿ ਉਹ ਖੁਦ ਨਹੀਂ ਲੂੰਬੜੀ ਕਹਿੰਦੀ ਨਾ ਅੰਗੂਰ ਖੱਟੇ ਨੇ ਇਹ ਨਹੀਂ ਕਹਿੰਦੀ ਕਿ ਮੈਂ ਖਾ ਨਹੀਂ ਸਕਦੀ ਕਹਿੰਦੀ ਅੰਗੂਰ ਖੱਟੇ ਪਰ ਜਦੋਂ ਲੋਕ ਤੁਹਾਡੇ ਤੇ ਹੱਸਦੇ ਨੇ ਲੋਕ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ ਲੋਕ ਤੁਹਾਨੂੰ ਜ਼ਲੀਲ ਕਰਦੇ ਨੇ ਤੁਹਾਨੂੰ ਛੋਟਾ ਵਖਾਉਂਦੇ ਨੇ ਮੋੜ ਕੇ ਜਵਾਬ ਨਹੀਂ ਦੇਣਾ ਆਪਣੇ ਅੰਦਰ ਦੀ ਤਾਕਤ ਨੂੰ ਇਕੱਠਾ ਕਰਨਾ ਪ ਕਿ ਇਸ ਦੁਨੀਆ ਦਾ ਇੱਕ ਨਿਯਮ ਹੈ ਇਹ ਦੁਨੀਆ ਨਾ ਇਸ ertidee ਦੇ ਉੱਤੇ ਇਹ ਕਮਜ਼ੋਰ ਲੋਕਾਂ ਲਈ ਨਹੀਂ ਬਣੀ ਔਰ ਇਹ ਇਹ ਨਾ ਤਾਕਤਵਰ ਲੋਕਾਂ ਲਈ ਬਣੀ ਹੈ ਤਾਕਤ ਉਹਨੂੰ ਨਹੀਂ ਮੈਂ ਕਹਿੰਦੀ ਕਿ ਤੁਸੀਂ ਬਹੁਤ ਤਗੜੇ ਪਹਿਲਵਾਨ ਹੋ ਤੁਸੀਂ ਤੁਸੀਂ ਦਿਮਾਗਕੀ ਤੌਰ ਤੇ ਜਿੰਨੇ ਸਟਰੋਂਗ ਹੋ ਨਾ ਦਿਖਾਵੇ ਲਈ ਨਾ ਕਰੋ ਸਟਰੋਂਗਨੈਸ ਬੜੇ سارے ਲੋਕ ਮੇ ਜਾਣਦੀਆਂ ਜਿਹੜੇ ਸਿਰਫ ਦਿਖਾਵੇ ਲਈ ਦੱਸਦੇ ਨੇ ਅੰਦਰੋਂ ਟੁੱਟੇ ਹੋਏ ਲੋਕ ਹੁੰਦੇ ਨੇ ਲੇਕਿਨ ਦਿਖਾਵੇ ਲਈ ਦੱਸਣਗੇ ਕਿ ਕੀ ਸੀ ਬਹੁਤ ਤਕੜੇ ਬੰਦੇ ਆ ਜੇ ਤੁਹਾਨੂੰ ਮਦਦ ਦੀ ਲੋੜ ਹੈ ਤੇ ਮੰਗੋ ਮਦਦ ਮੰਗਣੀ ਵੀ ਬਹੁਤ ਬੜਾ ਜਿਗਰਾ ਚਾਹੀਦਾ ਹੈ ਕਹਿਣ ਲਈ ਕਿ ਮੈਨੂੰ ਹੈਲਪ ਦੀ ਲੋੜ ਹੈ ਮੈਂ ਬਿਮਾਰ ਆ ਮੇਰਾ ਮਨ ਨਹੀਂ ਠੀਕ ਇਹਦੇ ਇਹਦੇ ਲਈ ਵੀ ਤਾਕਤ ਚਾਹੀਦੀ ਹੈ ਤਾਕਤਵਰ ਬੰਨਾ ਬਹੁਤ ਜ਼ਰੂਰੀ ਸੋ ਇਸ ਕਰਕੇ ਲੋਕਾਂ ਦੀ ਇਸ ਗੱਲ ਕਰਕੇ ਪਰਵਾਹ ਨਾ ਕਰੋ ਕਿ ਲੋਕ ਤੁਹਾਨੂੰ ਸਮਝ ਨਹੀਂ ਰਹੇ ਕਿਉਂ ਸਮਝਣ ਵੀ ਉਹ ਠੇਕਾ ਥੋੜੀ ਲੈ ਰੱਖਿਆ ਉਹਨਾਂ ਨੇ ਲੋਕਾਂ ਨੂੰ ਸਿਰਫ ਇੱਕੋ ਗੱਲ ਸਮਝ ਲੱਗਦੀ ਹੈ ਤੇ ਉਹ ਹੈ ਕਾਮਯਾਬੀ ਜੇ ਤੁਸੀਂ ਕਾਮਯਾਬ ਹੋ ਗਏ ਨਾ ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਗੀ ਆਪਣੇ ਆਪ ਸਮਝ ਜਾਣਗੇ ਫਿਰ ਕਹਿਣਗੇ ਸਾਡਾ ਰਿਸ਼ਤੇਦਾਰ ਹੈ ਤੁਹਾਨੂੰ ਪਤਾ ਹੈ ਦੂਰੋਂ ਨੇੜਿਓ ਸਾਡਾ ਫਲਾਣੀ ਜਗ੍ਹਾ ਤੋਂ ਰਿਸ਼ਤੇਦਾਰ ਹੈ ਤੁਸੀਂ ਜਾਣਦੇ ਹੋ ਸੀ ਫਲਾਣੇ ਬੰਦੇ ਨੂੰ ਜਾਣਦੇ ਆ ਉਹ ਉਹ ਤੇ ਮੇਰੀ ਚਾਚੀ ਦੇ ਭੂਆ ਦਾ ਮੁੰਡਾ ਹੈ ਇਹ ਦੁਨੀਆ ਦਾ ਦਸਤੂਰ ਹੈ ਜਿੰਨੀ ਜਲਦੀ ਸਮਝ ਲੋਗੇ ਉਨਾ ਹੀ ਜ਼ਰੂਰੀ ਹੈ ਔਰ ਦੂਜੀ ਗੱਲ ਇੱਕ ਗੱਲ ਯਾਦ ਰੱਖਣਾ ਜਦੋਂ ਤੁਸੀਂ ਕਿਸੇ ਬੰਦੇ ਨਾਲ ਬੈਠਦੇ ਹੋ ਤੇ ਤੁਸੀਂ ਆਪਣੇ ਕਿਸੇ ਵੀ ਕੰਮ ਦੇ ਵਿੱਚ ਸਟੇਬਲ ਸੰਤੁਲਿਤ ਹੋ ਸਮ ਹੋ ਕਿਉਂਕਿ ਜਿਹੜਾ ਬੰਦਾ ਕਾਮਯਾਬ ਹੈ ਨਾ ਉਹ ਸਮ ਹੋਏਗਾ ਦੇਖਿਆ ਤੁਸੀਂ ਜਿੰਨੇ ਕਾਮਯਾਬ ਵੱਡੇ ਲੋਕ ਨੇ ਬਿਲੀਅਨਅਰਸ ਕਦੀ ਛੱਟਪਟਾਉਂਦੇ ਹੋ ਇਹਨੂੰ ਕੁਝ ਨਹੀਂ ਹੋ ਰਿਹਾ ਚੁੱਪ ਕਰਕੇ ਬੈਠੇ ਹੋਏ ਨੇ ਸਾਮ ਰਹਿਣਾ ਕੁਦਰਤ ਦਾ ਨਿਯਮ ਹੈ ਜਦੋਂ ਤੁਸੀਂ ਬੈਲੈਂਸ ਹੋ ਜਾਂਦੇ ਹੋ ਬੁੱਧ ਬੰਨਾ ਕਿਹਦੇ ਸੌਖਾ ਹੈ ਕਿੰਨੀਆਂ ਗਾਲਾਂ ਪਈਆਂ ਨੇ ਬੁੱਧ ਨੂੰ ਮਹਾបុਰਸ਼ ਬੰਨਾ ਸੌਖਾ ਹੈ ਲੋਕ ਪਹਿਲਾਂ ਉਹਨਾਂ ਨੂੰ ਦੁਤਕਾਰਦੇ ਰਹੇ ਨੇ ਵੀ ਆਪਣੇ ਫਿਰਦੇ ਪਖੰਡੀ ਸਾਧੂ ਹਿਲਦੇ ਨਹੀਂ ਉਹ ਬੈਠੇ ਰਹਿੰਦੇ ਨੇ ਕਿ ਠੀਕ ਵਾਹ ਹੱਸਦੇ ਰਹਿੰਦੇ ਨੇ ਦੂਜੇ ਤੁਸੀਂ ਮੱਥੇ ਟੇਕ ਹੋ ਗਏ ਦੇਖਦੇ ਨੇ ਲੋਕ ਪਰ ਪਹਿਲਾਂ ਲੋਕ ਮਜ਼ਾਕ ਉਡਾਂਦੇ ਨੇ ਲੋਕਾਂ ਦਾ ਇਹ ਨਿਯਮ ਹੈ ਕਿ ਲੋਕ ਪਹਿਲਾਂ ਤੁਹਾਡਾ ਮਜ਼ਾਕ ਉਡਾਨ ਕੇ ਤੁਹਾਡੀ ਬੇਇੱਜ਼ਤੀ ਕਰਨਗੇ ਪਰ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ ਵਿਸ਼ਵਾਸ ਆਪਣੇ ਤੇ ਕਰਨਾ ਹੈ ਇੱਥੋਂ ਮਜ਼ਬੂਤ ਹੋਣਾ ਹੈ ਇੱਥੋਂ ਮਜ਼ਬੂਤ ਹੋਣਾ ਹੈ ਇਸੇ ਲਈ ਥੋੜੀ ਚੀਨ ਹੈ ਕਰਮ ਨੇ ਆਪਣੇ ਮਾਪੇ ਪੈਨਪਰਾ ਬੱਚਿਆਂ ਦੇ ਸਭ ਦੇ ਕਰਮ ਨੇ ਲੇਕਿਨ ਧਰਤੀ ਦੇ ਉੱਤੇ ਮਕਸਦ ਕੀ ਹੈ ਬਿੱਤਰ ਬਿੱਤਰ ਅੰਦਰ ਲੜਾਈ ਬਾਹਰ ਦੀ ਹੈ ਹੀ ਨਹੀਂ ਬਾਹਰ ਦੀਆਂ ਲੜਾਈਆਂ ਤੇ ਛੱਟ ਜਿੱਤੀਆਂ ਜਾਂਦੀਆਂ ਨੇ ਲੜਾਈ ਅੰਦਰ ਦੀ ਹੈ ਜਿਸ ਬੰਦੇ ਨੂੰ ਅੰਦਰ ਸੌਟ ਕਰਨਾ ਆ ਗਿਆ ਨਾ ਵੀ ਅੰਦਰ ਸਮ ਕਰਨਾ ਆ ਗਿਆ ਉਹ ਵਿਜੇਤਾ ਹੈ ਉਹ ਸਿਕੰਦਰ ਹੈ ਉਹਨੂੰ ਧਰਤੀ ਤੇ ਕੋਈ ਹਰਾ ਨਹੀਂ ਸਕਦਾ ਕੋਸ਼ਿਸ਼ ਕਰਨੀ ਹੈ ਨਾ ਤੇ ਇਸ ਗੱਲ ਤੇ ਕਰੋ ਹੱਸਣ ਤੋਂ ਲੋਕਾਂ ਨੂੰ ਮਜ਼ਾਕ ਉਡਾਨ ਦੋ ਤੁਹਾਡਾ ਆਪਣੀ ਚਾਲਜ ਆਪਣੀ ਧੁੰਨ 'ਚ ਲੱਗੇ ਰਹੋ ਕਾਮਯਾਬ ਹੋ ਕੇ ਦਿਖਾਣਾ ਔਰ ਮੈਂ ਇੱਕ ਕੱਲ ਦੱਸਾਂ ਕਿ ਜਦੋਂ ਤੁਸੀਂ ਕਿਸੇ ਲਾਗੇ ਬੈਠਦੇ ਹੋ ਤੁਸੀਂ ਕੋਈ ਗੱਲ ਕਰਦੇ ਹੋ ਤੇ ਉਹਨੂੰ ਗੱਲ ਸਮਝ ਨਹੀਂ ਲੱਗਦੀ ਨਾ ਉਹ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਕਰਨਾ ਹੈ ਜਾਂ ਇਸ ਤਰ੍ਹਾਂ ਕਰਨਾ ਹੈ ਜਾਂ ਤੁਸੀਂ ਅਗਲੇ ਨੂੰ ਦੱਸਦੇ ਹੋ ਵੀ ਇਹ ਮੇਰਾ ਇਹ ਤਜਰਬਾ ਹੈ ਇਹਦੇ ਤੋਂ ਤੇ ਉਹ ਨਹੀਂ ਸਮਝਦਾ ਉਹ ਸੋਝਦੇ ਗਿਆਨ ਵੰਡਦੇ ਨੇ ਬੜੇ ਪ੍ਰਚਾਰਕ ਬਣੇ ਫਿਰਦੇ ਨੇ ਬੜੇ ਆਪਣੇ ਆਪ ਨੂੰ ਬਿਜ਼ਨਸਮੈਨ ਬਣੇ ਫਿਰਦੇ ਨੇ ਤੁਹਾਨੂੰ ਤੁਹਾਨੂੰ ਥੋੜਾ ਜ਼ਲੀਲ ਕਰਦਾ ਹੈ ਤੁਹਾਨੂੰ ਛੋਟਾ ਬਖਾਂਦਾ ਇਸ ਕਰਕੇ ਨਹੀਂ ਛੋਟਾ ਬਖਾਂਦਾ ਤੁਹਾਨੂੰ ਛੋਟਾ ਬਖਾ ਕੇ ਉਹ ਆਪ ਵੱਡਾ ਹੋਣ ਦੀ ਫੀਲਿੰਗ ਲੈ ਰਿਹਾ ਕਿ ਮੈਂ ਬਹੁਤ ਵੱਡਾ ਹਾਂ ਉਹਦੇ ਤੇ ਤਰਸ ਕਰੋ ਕਿਉਂਕਿ ਉਹ ਇਹੋ ਜਿਹੇ ਲੋਕ ਜਿਹੜੇ ਨੇ ਨਾ ਇਹੋ ਜਿਹੇ ਲੋਕ ਤੁਹਾਡੀਆਂ ਕਮੀਆਂ ਇਸ ਕਰਕੇ ਨਹੀਂ ਗਿਨਾਰੇ ਕਿ ਤੁਹਾਡੇ 'ਚ ਕਮੀਆਂ ਨੇ ਬਲਕਿ ਉਹ ਇਸ ਕਰਕੇ ਕਮੀਆਂ ਗਿਣਾ ਰਹੇ ਨੇ ਕਿ ਉਹ ਹੋ ਮੇਰੀ ਕਮਜ਼ੋਰੀ ਜੇ ਮੈਂ ਅੱਗੇ ਆਪਣੇ ਆਪ ਨੂੰ ਦੱਸ ਦਿੱਤਾ ਕਿ ਮੇਰੇ 'ਚ ਕਮੀ ਹੈ ਤੇ ਮੈਂ ਤੇ ਛੋਟਾ ਹੋ ਜਾਵਾਂਗਾ ਮੈਨੂੰ ਛੋਟਾ ਬਨਣ 'ਚ ਕੋਈ ਸ਼ਰਮ ਨਹੀਂ ਮੈਨੂੰ ਜਿੱਥੇ ਸਿੱਖਣ ਨੂੰ ਮਿਲੇ ਨਾ ਮੈਂ ਉੱਥੇ ਚਲੀ ਜਾਨੀ ਆ ਮੈਨੂੰ ਸਿੱਖਣਾ ਹੈ ਇਸ ਜੀਵਨ 'ਚ ਇਸ ਜੀਵਨ ਨੂੰ ਹੋਰ ਬਿਹਤਰ ਬਣਾਣਾ ਹੈ ਮੈਂ ਇਨਸਾਨ ਵਧੀਆ ਬਨਣਾ ਚਾਹੁੰਦੀ ਆ ਮੇਰੀ ਡੋਰ ਸਿਰਫ ਇੰਨੀ ਹੈ ਦੁਨੀਆਦਾਰੀ ਤੇ ਉਸੇ ਸਾਰੇ ਆਪਣੇ ਕਰਮ ਦੇ ਅਨੁਸਾਰ ਨੱਚ ਰਹੇ ਆ ਨਚਣੀ ਚਾਹੀਦੀ ਔਰ ਨਚਣੀ ਪੇਗੀ ਦੁਨੀਆ 'ਚ ਆਏ ਆ ਤਾਂ ਪਰਮਾਤਮਾ ਨੇ ਜਿਸ ਕੰਮ ਤੇ ਡਿਊਟੀ ਲਈ ਇਹ ਉਹਨੂੰ ਪੂਰਾ 100 200% ਕਰਨਾ ਅੱਜ ਅੱਜ ਕਰਨਾ ਕੱਲ ਤੇ ਮੈਂ ਸੋਚਦੀ ਨਹੀਂ ਆ ਕੀ ਕਰਨਾ ਇਸ ਕਰਕੇ ਉਹਨਾਂ ਦੀ ਗੱਲਾਂ ਦਾ ਗੁੱਸਾ ਨਹੀਂ ਕਰਨਾ ਪਰ ਉਹਨਾਂ ਦੀਆਂ ਗੱਲਾਂ ਆਪਣੇ ਅੰਦਰ 'ਚ ਮੰਨ ਚ ਕਰ ਲੈਣੀ ਹੈ ਕਹੇ ਇਹਨੇ ਤੁਸੀਂ ਮਾੜੇ ਮੇਰੇ ਤੋਂ ਜ਼ਿਆਦਾ ਮਾੜਾ ਹੀ ਕੋਈ ਨਹੀਂ ਮੈਂ ਚੰਗਾ ਬਣ ਕੇ ਲੈਣਾ ਵੀ ਕੀ ਹੈ ਸੋ ਇਸ ਕਰਕੇ ਜੀਵਨ ਦੇ ਵਿੱਚ ਆਪਣੇ ਮਿਸ਼ਨ ਦੇ ਉੱਤੇ ਫੋਕਸ ਚੱਲਦੇ ਰਹੋ ਚੱਲਣਾ ਜ਼ਿੰਦਗੀ ਹੈ ਜਿਹੜਾ ਹੱਸਦਾ ਹੈ ਉਹਨੂੰ ਹੱਸਣ दो ਉਹਦਾ ਹਾਸਾ ਆਪਣੇ ਅੰਦਰ ਤਾਕਤ ਬਣਾ ਲਓ ਅੱਜ ਤੂੰ ਹੱਸ ਰਿਹਾ ਹੈਂ ਉਦੋਂ ਪਤਾ ਲੱਗੇਗਾ ਜਦੋਂ ਤੂੰ ਮਹੀਨਾ ਮਹੀਨਾ ਕਿਸੇ ਨੂੰ ਕਹਿਗਾ ਯਾਰ 2 ਮਿੰਟ ਮੌਲਾਤ ਦੇ ਦੋ ਇਹਨਾਂ ਨੂੰ ਐਸੀ ਤਾਕਤ ਬੰਨਾ ਤੁਸੀਂ ਪਰਮਾਤਮਾ ਦੇ ਬੱਚੇ ਹੋ ਤੁਸੀਂ ਇਸ ਧਰਤੀ ਦੇ ਉੱਤੇ ਕੋਈ ਨਾ ਕੋਈ ਗੁਣ ਜ਼ਰੂਰ ਦੇ ਕੇ ਭੇਜਿਆ ਉਹਨੇ ਆਪਣੇ ਆਪ ਨੂੰ ਲੱਭਣਾ ਆਪਣੇ ਗੁਣ ਨੂੰ ਧਰਤੀ ਤੇ ਕੋਈ ਐਸਾ ਆਦਮੀ ਨਹੀਂ ਜਿਹਨੂੰ ਉਸਨੇ ਕੋਈ ਨਾ ਕੋਈ ਸਕਿੱਲ ਦੇ ਕੇ ਕਿਸੇ ਤਰ੍ਹਾਂ ਦਾ ਹੁਨਰ ਦੇ ਕੇ ਨਾ ਭੇਜਿਆ ਹੋਵੇ ਪਛਾਣ ਕਰਨੀ ਹੈ ਮਜ਼ਬੂਤੀ ਮਨ ਦੀ ਦਿਮਾਗ ਦੀ ਮਜ਼ਬੂਤੀ ਇਹ ਲੜਾ ਦੁਨੀਆ ਤੋਂ ਕੋਈ ਜਾਂਦਾ ਨਾਲ ਕੋਈ ਨਹੀਂ ਜਾਂਦਾ ਇਕੱਲੇ ਆਏ ਆ ਇਕੱਲੇ ਜਾਣਾ ਇਹ ਸਫ਼ਰ ਜਿੰਨਾ ਇਕੱਲਾ ਬਤੀਤ ਕਰੋਗੇ ਨਾ ਉਨਾ ਆਨੰਦ ਲਵੋਗੇ ਜਿੰਨਾ ਉਲਝੋਗੇ ਉਨਾ ਬਿਖੜਦੇ ਜਾਓਗੇ ਸੋ ਇਸ ਗੱਲ ਦੇ ਉੱਤੇ ਫੋਕਸ ਕਰੋ तमाम ਉਹਨਾਂ ਲੋਕਾਂ ਨੂੰ ਵੀਡੀਓ ਭੇਜੋ ਜਿਨ੍ਹਾਂ ਨੂੰ ਜ਼ਰੂਰਤ ਹੈ ਮੇਰਾ ਬੜਾ ਮਾਨ ਹੈ ਇਸ ਧਰਤੀ ਦੇ ਉੱਤੇ ਪੋਜ਼ਿਟਿਵ એનર્ਜੀ ਚੜ੍ਹਦੀ ਕਲਾ ਹਰ ਬੰਦੇ ਦੇ ਅੰਦਰ ਜਾਗਰਿਤ ਹੋਵੇ ਪ੍ਰਾਪਤੀ ਕੋਈ ਨਹੀਂ ਹੈ ਫਸਟ ਬਸ ਕੁਛ ਨਹੀਂ ਆਣਾ ਕੀ ਕਰਨਾ ਅੱਜ ਦਾ ਦਿਨ ਬਿਹਤਰ ਕਰਨਾ ਹੈ ਤੁਸੀਂ ਬਿਹਤਰ ਹੋਗੇ ਸਮਾਜ ਬਿਹਤਰ ਹੋਏਗਾ ਆਨਤ ਵਾਲਾ ਬਿਹਤਰ ਹੋਏਗਾ ਆਪਣੇ ਵਾਲੇ ਦੋਲੇ ਦੇ ਲੋਕਾਂ ਨੂੰ ਹੱਥ ਫੜ ਕੇ ਰੱਖਣਾ ਹੈ ਉਹਨਾਂ ਦਾ ਜੇ ਦੀ ਮਦਦ ਕਰ ਸਕਦੇ ਹੋ ਰੱਜ ਕੇ ਕਰੋ ਇਸ ਤਰੀਕੇ ਨਾਲ ਤਨ ਨਾਲ ਮਨ ਨਾਲ ਧਨ ਨਾਲ ਕਿਸੇ ਵੀ ਚੀਜ਼ ਨਾਲ ਜੇ ਤੁਹਾਨੂੰ ਰੱਬ ਨੇ ਦੇਣ ਦੀ ਦੇਣ ਵਾਲੀ ਉਹਦੇ ਚ ਅਵਸਥਾ ਚ ਰੱਖਿਆ ਨਾ ਦੋ ਦੇਣ ਨਾਲ ਕੁਝ ਨਹੀਂ ਘਟਦਾ ਗਿਵਿੰਗ ਤਜ਼ਰਬਾ ਕਰਕੇ ਦੇਖੋ ਹਰ ਦਿਨ ਨਮਾ ਸੈਲੀਬ੍ਰੇਟ ਲਾਈਫ